ਆਪਾਂ ਗੱਲ ਉਹਨਾਂ ਦੀ ਵੀ ਸੁਣਨੀ ਹੈ। ਜੈਕਿਸ਼ਨ ਜੀ ਸਵਾਗਤ ਕਰਦੇ ਹਾਂ ਨਿਊਜ਼ 18 ਪੰਜਾਬ ਤੇ। ਸਾਰਾ ਮਸਲਾ ਹੈ ਬਹਿਸ ਦਾ, ਖੁੱਲੀ ਚੁਣੌਤੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ। ਇਹ ਵੀ ਕਿਹਾ ਹੈ ਕਿ ਭਗਵੰਤ ਮਾਨ ਨਹੀਂ, ਅਰਵਿੰਦ ਕੇਜਰੀਵਾਲ ਖੁਦ ਬਹਿਸ ਕਰਨ। ਕਾਂਗਰਸ ਆਗੂ ਕਹਿ ਰਹੇ ਨੇ ਕਿ ਸਿੱਧੀ ਬਹਿਸ ਕੇਜਰੀਵਾਲ ਦੇ ਨਾਲ ਹੀ ਹੋਏਗੀ, ਕਿਉਂਕਿ ਕੇਜਰੀਵਾਲ ਦੇ ਹੀ ਪੋਸਟਰ ਲੱਗ ਰਹੇ ਨੇ, ਕੇਜਰੀਵਾਲ ਹੀ ਇੱਕ ਮੌਕਾ ਮੰਗ ਰਹੇ ਨੇ, ਕੇਜਰੀਵਾਲ ਹੀ ਦਿੱਲੀ ਮਾਡਲ ਦੀ ਗੱਲ ਕਰ ਰਹੇ ਨੇ। ਦੇਖੋ, ਮੈਂ ਨਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਉਸ ਤੋਂ ਬਾਅਦ ਰਮਨ ਜੀ ਗੱਲ ਕਰ ਰਹੇ ਆ, ਇਹ ਇਤਰਾਜ਼ ਕਰ ਰਹੇ ਆ ਖੁੱਡੀਆਂ ਸਾਹਿਬ ਦੇ ਨਾਮ ਨੂੰ ਲੈ ਕੇ। ਖੁੱਡੀਆਂ ਸਾਹਿਬ ਦੀ ਜਿਹੜੀ ਸ਼ਖਸੀਅਤ ਆ ਉਹ ਕਿਸੇ ਤੋਂ ਲੁਕੀ ਹੋਈ ਨਹੀਂ। ਜਦੋਂ ਪਤਾ ਹੋਵੇ ਕਿ ਜੰਗ ਤੇ ਜਾਣ ਵਾਲਿਆਂ ਦੇ ਸੀਨੇ ਵਿੱਚ ਛੇਕ ਹੋਣਗੇ ਤੇ ਜੰਗ ਤੇ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਿਸ ਬੰਦੇ ਨੇ ਸਾਰੀ ਉਮਰ ਬਾਦਲ ਪਰਿਵਾਰ ਦੇ ਨਾਲ ਟੱਕਰ ਸਿੱਧੀ ਲਈ ਹੋਵੇ, ਉਸ ਪਰਿਵਾਰ ਦਾ ਇਹਨਾਂ ਨੇ ਹਾਲਾਤ ਕੀ ਕੀਤੇ ਆ? ਉਸ ਪਰਿਵਾਰ ਨੂੰ ਜਦੋਂ ਕਦੇ ਮੌਕਾ ਮਿਲਿਆ, ਕਦੇ ਮੌਕਾ ਦਿੱਤਾ ਨੀ ਇਹਨਾਂ ਨੇ। ਜਦੋਂ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ, ਬਾਦਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ, ਤੇ ਇਹ ਨਾਮ ਨੂੰ ਲੈ ਕੇ ਕਦੇ ਪ੍ਰੋਨਾਂਸੀਏਸ਼ਨ ਚ ਮਾੜਾ ਮੋਟਾ ਉੱਪਰ ਹੋ ਗਿਆ ਤੇ ਉਹਦੇ ਕਿੰਤੂ ਪਰੰਤੂ ਕਰ ਰਹੇ। ਦੇਖੋ ਕਿੱਡੀ ਹੋਛੀ ਰਾਜਨੀਤੀ ਕਰ ਰਹੇ ਆ। ਨੰਬਰ 2, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਸਿੱਧੂ ਸਾਹਿਬ ਇਹ ਨੀ ਪਤਾ ਲੱਗਦਾ ਡਿਬੇਟ ਕਰਨਾ ਕਿਹਦੇ ਨਾਲ ਚਾਹੁੰਦੇ ਆ। ਪਹਿਲਾਂ ਉਹ ਕੈਪਟਨ ਸਾਹਿਬ ਨਾਲ ਕਰਨਾ ਚਾਹੁੰਦੇ ਸੀ, ਫਿਰ ਉਹ ਸੁੱਖੀ ਰੰਧਾਵਾ ਸਾਹਿਬ ਨਾਲ ਕਰਨਾ ਚਾਹੁੰਦੇ ਸੀ, ਫਿਰ ਉਹ ਚੰਨੀ ਸਾਹਿਬ ਦੇ ਨਾਲ ਕਰਨਾ ਚਾਹੁੰਦੇ ਆ। ਹੁਣ ਕਿਤੇ ਉਹਨਾਂ ਨੂੰ ਦੋ ਬਲਦਾਂ ਦੀ ਜੋੜੀ ਦੱਸੇ, ਕਿਤੇ ਮੇਰਾ ਇਹ ਛੋਟਾ ਵੀਰ ਕਹਿੰਦੇ, ਕਿਤੇ ਮੋਢੇ ਤੇ ਹੱਥ ਰੱਖ ਕੇ, ਕਿਤੇ ਬਾਹ ਫੜ ਕੇ ਖਿੱਚ ਕੇ ਤੁਰੇ ਫਿਰਦੇ ਆ। ਅੱਜ ਪਹਿਲਾਂ ਉਹ ਮੇਰੀ ਬੇਨਤੀ ਸੁਣ ਲਓ, ਸਭ ਤੋਂ ਪਹਿਲਾਂ ਉਹ ਕਲੀਅਰ ਕਰ ਦੇਣ ਕਿ ਉਹਨਾਂ ਦੀ ਮਨਸ਼ਾ ਕੀ ਆ। ਉਹਨਾਂ ਦੀ ਮਨਸ਼ਾ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਦੁੱਖ ਦਰਦ ਦੂਰ ਕਰਨਾ, ਜਾਂ ਫਿਰ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਆ, ਜਿਹੜਾ ਕਿ ਉਹਨਾਂ ਦਾ ਸੁਪਨਾ ਪੰਜਾਬ ਦੇ ਲੋਕ ਕਦੇ ਪੂਰਾ ਨਹੀਂ ਹੋਣ ਦੇਣਗੇ। ਤੁਸੀਂ ਦੇਖੋ ਤੇ ਇੱਕ ਭਾਸ਼ਣ ਦੇ ਵਿੱਚ 15 ਵਾਰ ਠੋਕੋ ਤਾਲੀ ਕਹਿਣ ਵਾਲਾ ਬੰਦਾ ਪੰਜਾਬ ਦੀ ਕੁਰਸੀ ਦਾ ਹੱਕਦਾਰ ਹੈ? ਕੋਈ ਉਹਨਾਂ ਨੂੰ ਦੁੱਖ ਦਰਦ ਹੈ? ਭਗਵੰਤ ਮਾਨ ਨਾਲ ਡਿਬੇਟ ਨੀ ਕਰਨੀ, ਕੇਜਰੀਵਾਲ ਨਾਲ ਕਰਨੀ। ਮੈਂ ਉਹਨਾਂ ਨੂੰ ਕਹਿਣੀ ਚਾਹੁੰਦਾ ਕਿ ਸਾਡੇ ਕਿਸੇ ਵੀ ਬੂਥ ਲੈਵਲ ਦੇ ਕਿਸੇ ਵਲੰਟੀਅਰ ਨਾਲ ਡਿਬੇਟ ਕਰ ਲੈਣ, ਕੌਮੀ ਕਨਵੀਨਰ ਦੂਰ ਦੀ ਗੱਲ ਕਰਨ। ਸਾਡਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਉਹਨਾਂ ਨੂੰ ਉੱਥੇ ਪਛਾੜ ਦੂਗਾ। ਸੱਚਾਈ ਆ, ਉਹਨਾਂ ਨੇ ਗੱਲ ਕੀਤੀ ਕਿ ਅਸੀਂ ਜਿਹੜਾ ਰੇਤ ਮਾਫੀਆ ਖਤਮ ਕਰ ਦਾਂਗੇ, ਹੋ ਗਿਆ? ਨਹੀਂ ਹੋਇਆ। ਡਿਬੇਟ ਫੇਲ ਹੈ। ਕਹਿੰਦੇ ਬਿਜਲੀ ਦੇ ਬਿੱਲ ਮਾਫ ਕਰਾਂਗੇ, ਹੋ ਗਏ ਆ? ਨਹੀਂ, ਫੇਲ ਹੈ। ਇਲਾਜ ਇਹ ਕਹਿੰਦੇ ਕਿ ਦਿੱਲੀ ਤੋਂ ਆ ਕੇ ਲੋਕਾਂ ਇੱਥੇ ਕਰਾ ਲਿਆ, ਕਿਤੇ ਕੀ ਪਾਕਿਸਤਾਨ 'ਚ ਆ ਗਏ? ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ? ਇੱਥੇ ਦੇ ਲੋਕਾਂ ਨੂੰ ਆਪਣੇ ਘਰ ਬਾਰ ਵੇਚ ਕੇ ਜਿਹੜਾ ਪ੍ਰਾਈਵੇਟ ਹਸਪਤਾਲਾਂ ਦੇ ਬਿੱਲ ਭਰੇ ਆ, ਅੱਜ ਵੀ ਲੋਕ ਆਪਣੇ ਹੱਥਾਂ 'ਚ ਫਰਦਾ ਲਈ ਫਿਰਦੇ ਆ। ਸਰਕਾਰ ਨੂੰ ਸ਼ਰਮ ਨਹੀਂ ਚਾਹੀਦੀ ਆ ਕਿ ਅੱਜ ਬੱਚੇ ਸਾਡੇ ਸਾਰਾ ਬ੍ਰੇਨ ਡਰੇਨ ਹੋ ਰਿਹਾ? 20-30 ਲੱਖ ਰੁਪਇਆ ਲਾ ਕੇ ਬੱਚੇ ਬਾਹਰਲੇ ਦੇਸ਼ਾਂ ਨੂੰ ਜਾਣਾ ਚਾਹੁੰਦੇ, ਇੱਥੇ ਰਹਿਣਾ ਕੋਈ ਨਹੀਂ ਚਾਹੁੰਦਾ। ਇੱਥੇ ਮੁਲਾਜ਼ਮਾਂ ਦੀ ਟੈਂਕੀਆਂ ਨੂੰ ਚੜ੍ਹੋ, ਇੰਨੀ ਧੁੰਦ ਦੇ ਵਿੱਚ, ਇੰਨੀ ਆਪਣੇ ਕੋਰੇ ਦੇ ਵਿੱਚ, ਠੰਡ ਦੇ ਵਿੱਚ ਸਾਡੇ ਬੱਚੇ ਪੌੜੀਆਂ ਚੜ੍ਹ ਕੇ ਟੈਂਕੀਆਂ ਤੇ ਬੈਠੇ ਆ, ਤੇ ਅੱਜ ਵੀ ਇਹ ਗੱਲਾਂ ਕਰਦੇ ਨੇ ਡਿਬੇਟ ਦੀਆਂ? ਮੈਂ ਸਮਝਦਾ, ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ ਪਰ ਮੂੰਹ ਚੋਂ ਨਿਕਲ ਲੱਗਾ, ਚੁੱਲੂ ਪਰ ਪਾਣੀ ਡੁੱਬਣਾ ਚਾਹੀਦਾ ਸਰਕਾਰ ਨੂੰ ਕਿ ਸਰਕਾਰ ਨੇ ਹਾਲਾਤ ਕੀ ਕੀਤੇ ਆ। ਅੱਜ ਇਕੱਲਾ ਇਕੱਲਾ ਮੁਲਾਜ਼ਮ ਤਾਂ ਹੜਤਾਲ ਤੇ ਆ, ਅੱਜ ਤੁਸੀਂ ਹਸਪਤਾਲ ਚੱਲ ਜਾਓ ਡਾਕਟਰ ਕਹਿੰਦੇ ਹੜਤਾਲ ਤੇ, ਸੁਣੋ ਗੱਲ ਜੈਕਿਸ਼ਨ ਜੀ, ਠੀਕ ਹੈ ਤੁਹਾਡੀ ਗੱਲ ਆ ਗਈ ਹੈ, ਤੁਹਾਡੀ ਗੱਲ ਆ ਗਈ ਹੈ, ਜੈਕਿਸ਼ਨ ਜੀ ਜਵਾਬ ਵੀ ਲੈ ਲਈਏ। ਰਮਨ ਜੀ ਕੀ ਕਹਿਣਾ ਚਾਹੋਗੇ? ਉਹ ਕਹਿ ਰਹੇ ਨੇ ਚਾਹੇ ਕਿਸੇ ਵਰਕਰ ਦੇ ਨਾਲ ਗੱਲ ਕਰ ਲਓ, ਚਾਹੇ ਕਿਸੇ ਵਰਕਰ ਦੇ ਨਾਲ ਡਿਬੇਟ ਕਰ ਲਓ, ਜਵਾਬ ਉਹੀ ਦੇਣੇ ਨੇ ਜੋ ਅਰਵਿੰਦ ਕੇਜਰੀਵਾਲ ਨੇ ਦੇਣੇ ਨੇ। ਡਿਬੇਟ ਦਾ ਇੱਕ ਮੁੱਦਾ ਜਿਹੜਾ ਤੁਸੀਂ ਰੱਖਿਆ, ਉਹ ਰੱਖਿਆ ਕਿ ਵੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨਾਲ ਡਿਬੇਟ ਕਰ ਲਓ। ਚਲੋ, ਜਿਹੜੇ ਮੁੱਦੇ ਹੋਣਗੇ ਉਹ ਆਮਨੇ ਸਾਹਮਣੇ ਹੋ ਜਾਣਗੇ, ਉਹ ਤਾਂ ਕੇਜਰੀਵਾਲ ਸਾਹਿਬ ਵੀ ਟੱਕ ਸਕਦੇ ਆ। ਰੋੜੀ ਸਾਹਿਬ ਤੁਸੀਂ ਨਾਲ ਆ ਜਾਓ, ਮੈਂ ਤੁਹਾਨੂੰ ਵੀ ਖਿਲਾਰ ਦਾਂਗਾ ਜੀ। ਉਹ ਐਡੀ ਕਿਹੜੀ ਗੱਲ ਹੈ, ਪੰਜਾਬ ਨੂੰ ਸਮੇਟਣ ਦੀ ਗੱਲ ਕਰੋ, ਬੰਦਿਆਂ ਨੂੰ ਖਿਲਾਰਨ ਦੀ ਗੱਲ ਕਰੋ। ਚਲੋ ਜਵਾਬ ਦੇ ਦਿੰਦੇ ਹੋ ਜੈਕਿਸ਼ਨ ਜੀ, ਰਮਨ ਜੀ ਤੁਹਾਡੇ ਕੋਲ ਰਮਨ ਜੀ ਉਮੀਦ ਰੋੜੀ ਸਾਹਿਬ ਕੋਲੇ, ਰੋੜੀ ਸਾਹਿਬ ਕੋਲੇ ਜਵਾਬ ਨਹੀਂ ਗਾ, ਇਸ ਕਰਕੇ ਰੌਲਾ ਪਾ ਰਹੇ ਆ। ਮੇਰੀ ਤੁਸੀਂ ਮੁੱਦਾ ਇਹ ਕਿ ਭਗਵੰਤ ਮਾਨ ਨਾਲ ਡਿਬੇਟ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ? ਭਗਵੰਤ ਮਾਨ ਨਾਲ ਇਸ ਕਰਕੇ ਡਿਬੇਟ ਨਹੀਂ ਕਰਨੀ ਚਾਹੀਦੀ ਕਿਉਂਕਿ ਭਗਵੰਤ ਮਾਨ ਦੇ ਨਾਂ ਤੇ ਤਾਂ ਕੁਛ ਕਰ ਹੀ ਨਹੀਂ ਰਹੇ, ਭਗਵੰਤ ਮਾਨ ਨੂੰ ਤੇ ਡਿਕਲੇਅਰ ਵੀ ਨਹੀਂ ਕਰ ਰਹੇ। ਚਲੋ ਤੁਸੀਂ ਐਂ ਕਰੋ, ਡਿਕਲੇਅਰ ਕਰ ਦਿਓ ਵੀ ਇਹ ਸਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਆ, ਅਸੀਂ ਉਹਦੇ ਨਾਲ ਵੀ ਕਰ ਲਾਂਗੇ।
ਤੁਸੀਂ ਉਹਨੂੰ ਭਗਵੰਤ ਮਾਨ ਨੂੰ ਯੂਜ਼ ਐਂਡ ਥਰੋ, ਤੁਸੀਂ ਉਹਨੂੰ ਉਹਨੂੰ ਟਿਸ਼ੂ ਪੇਪਰ ਦੀ ਤਰ੍ਹਾਂ ਤੁਸੀਂ ਵਰਤ ਰਹੇ ਹੈਗੇ ਹੋ। ਤੁਸੀਂ ਮੇਰੀ ਗੱਲ ਸੁਣੋ, ਇਹ ਤਾਂ ਹੁਣ ਪਤਾ ਨੀ ਉਹ ਕਿਸ ਡਰ ਦੇ ਮਾਰੇ ਤੁਹਾਡੇ ਨਾਲ ਰੁਕਿਆ ਹੋਇਆ, ਕਿਹੜੀਆਂ ਟੇਪਾਂ ਤੁਸੀਂ ਲਿੱਤੀਆਂ ਹੋਈਆਂ ਵਾ, ਕਿਸ ਤਰ੍ਹਾਂ ਤੁਸੀਂ ਉਹਨੂੰ ਬਲੈਕਮੇਲ ਕੀਤਾ ਹੋਇਆ ਵਾ। ਤੋ ਇਹ ਗੱਲਾਂ ਦਾ ਹੁਣ ਲੋਕਾਂ ਨੂੰ ਆਉਣ ਵਾਲੇ ਟਾਈਮ ਚ ਪਤਾ ਲੱਗ ਹੀ ਜਾਣੀ, ਅੱਜ ਨੀ ਕੱਲ ਨੀ ਪਰਸੋਂ ਪਤਾ ਲੱਗ ਜਾਣੀ ਆ। ਛੋਟੇ ਗੁਰਜੀ ਦੀ ਤੁਸੀਂ ਇੱਕ ਹਾਲੇ ਤੀਕਰ ਤੁਸੀਂ ਟੇਪ ਨੀ ਕੱਢੀ, ਜਿਹਦੇ ਕਰਕੇ ਉਹਨੂੰ ਤੁਸੀਂ ਛੱਡ ਕੇ ਚਲਾ ਗਿਆ ਕਿ ਜੀ 2 ਲੱਖ ਰੁਪਏ ਲੈਂਦੇ ਸੀਗੇ, ਅੱਜ ਤੀਕਰ ਛੋਟੇ ਪੁਰ ਨੂੰ ਤੁਸੀਂ ਬਲੈਕਮੇਲ ਕਰਦੇ ਰਹੇ। ਤੁਸੀਂ ਮੇਰੀ ਗੱਲ ਸੁਣੋ, ਬਲੈਕਮੇਲਰਾਂ ਦੀ ਪਾਰਟੀ ਆ ਰੋੜੀ ਸਾਹਿਬ, ਤੁਸੀਂ ਵੀ ਅੱਜ ਦੀ ਨਾ ਕੱਲ ਪਰਸੋਂ ਤੁਸੀਂ ਚੰਗੇ ਆਦਮੀ ਹੋ, ਤੁਸੀਂ ਵੀ ਛੱਡੋਗੇ। ਮੈਂ ਅੱਜ ਤੁਹਾਨੂੰ ਦੱਸ ਦਿੰਦਾ, ਮੈਂ ਤੁਹਾਡੇ ਸਾਰੇ ਤੁਹਾਡੇ ਤਾਂ ਅੱਧੇ ਨਾਲੋਂ ਜ਼ਿਆਦਾ MLA ਹੁਣੇ ਛੱਡ ਜਾਣੇ, ਤੁਸੀਂ ਆਪ ਵੇਖੀ ਚੱਲੋ ਚੋਣ ਜ਼ਾਬਤਾ ਤਾਂ ਲੱਗਣ ਦਿਓ। ਤੁਸੀਂ ਇਹ ਆਹ ਗੱਲਾਂ ਨਾ ਜਿਹੜੀਆਂ ਆਪਾਂ ਅੱਜ ਡਿਬੇਟ ਦਾ ਮੁੱਦਾ ਇਹ ਸੀਗਾ ਕਿ ਕੀ ਭਗਵੰਤ ਮਾਨ ਦੇ ਨਾਲ ਡਿਬੇਟ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਮੇਰੇ ਹਿਸਾਬ ਨਾਲ ਭਗਵੰਤ ਮਾਨ ਦੀ ਅੱਜ ਦੀ ਡੇਟ 'ਚ ਲੋਕਲ ਸਟੈਂਡ ਹੀ ਕੋਈ ਨਹੀਂ ਗੀ, ਕਿਉਂਕਿ ਤੁਸੀਂ ਵੋਟ ਮੰਗਦੇ ਹੋ ਕੇਜਰੀਵਾਲ ਨੂੰ ਮੌਕਾ ਦੇਣ ਲਈ, ਇਸ ਕਰਕੇ ਕੇਜਰੀਵਾਲ ਹੀ ਉਹਨਾਂ ਨਾਲ ਗੱਲ ਕਰੇ। ਜੈਕਿਸ਼ਨ ਜੀ, ਵਾਰ ਵਾਰ ਸਵਾਲ ਉੱਠਦਾ ਹੈ, ਤੁਹਾਡੇ ਵਰਕਰ ਵੀ ਬਹੁਤ ਵਾਰ ਇਹ ਸਵਾਲ ਚੁੱਕਦੇ ਨੇ ਕਿ ਭਗਵੰਤ ਮਾਨ ਨੂੰ ਡਿਕਲੇਅਰ ਕਰੋ, ਉਹੀ ਗੱਲ ਕਹਿ ਰਹੇ ਨੇ ਰਮਨ ਬਾਲਾ ਸੁਬਰਮਣੀਅਨ ਜੀ ਕਿ ਉਹਨਾਂ ਨੂੰ ਡਿਕਲੇਅਰ ਕਰ ਦਿਓ ਸੀਐਮ ਦਾ ਕੈਂਡੀਡੇਟ, ਉਹਨਾਂ ਦੇ ਨਾਲ ਬਹਿਸ ਕਰ ਲੈਣਗੇ। ਸਾਹਿਬ ਨੇ ਅੱਛਾ, ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਡਿਬੇਟ ਕਰਾ ਰਹੇ ਹੋ, ਇਹ ਤਾਂ ਲੁਧਿਆਣੇ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਨੇ, ਪਰ ਕਾਂਗਰਸ ਨੇ ਇਹਨਾਂ ਦੇ ਜੋ ਹਾਲਾਤ ਕੀਤੇ ਆ ਇਹਨਾਂ ਨੂੰ ਸਿਰਫ ਟੈਲੀਵਿਜ਼ਨ ਤੇ ਬਿਠਾਲਤਾ, ਬਾਕੀ ਤਾਂ ਅੱਜ ਤੱਕ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨਾਲ ਕਿੰਨਾ ਧੱਕਾ ਕੀਤਾ ਗਿਆ ਇਹਨਾਂ ਦੇ ਹਲਕੇ। ਚਲੋ ਮੈਂ ਨਹੀਂ ਗੱਲ ਕਰਨੀ, ਕਾਂਗਰਸ ਨੇ ਇਹਨਾਂ ਦਾ ਬਹੁਤ ਨਿਚੋੜਿਆ ਇਹਨਾਂ ਨੂੰ। ਮੇਰੀ ਬੇਨਤੀ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਅੱਜ ਇਹ ਕਹਿ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਅਨਾਊਂਸ ਕਰੋ, ਅੱਜ ਮੈਂ ਤੁਹਾਨੂੰ ਕਹਿਣ ਜਾ ਰਿਹਾ ਚੋਣ ਜਾਬਤਾ ਲੱਗਣ ਤੋਂ ਦੂਜੇ ਦਿਨ ਅਸੀਂ ਅਨਾਊਂਸ ਕਰ ਦਿਆਂਗੇ, ਆਪਾਂ ਸਿਰਫ ਡੇਟ ਉਡੀਕ ਰਹੇ ਹਾਂ। ਔਰ ਪੰਜਾਬ ਦੇ ਲੋਕਾਂ ਜਦੋਂ ਗੱਲ ਕਰਦੇ, ਲੋਕ ਉਮੀਦ ਵੀ ਕਰਦੇ ਆ ਕਿ ਇਹ ਦੱਸ ਸਕਦੇ ਆ ਕਿ ਮੁੱਖ ਮੰਤਰੀ ਇਹਨਾਂ ਦਾ ਚੰਨੀ ਸਾਹਿਬ ਆ ਜਾਂ ਸਿੱਧੂ ਸਾਹਿਬ ਆ, ਜਵਾਬ ਦਿਓ ਗੱਲ, ਹੋਲ ਮਹੱਲਾ ਕਰਿਓ, ਇੱਧਰ ਉੱਧਰ ਨਾ ਘੁੰਮਿਓ। ਚਲੋ ਮੈਂ ਤੁਹਾਨੂੰ ਸ਼ਾਰਟ ਲਿਸਟ ਕਰ ਦਿੰਦਾ ਮੈਂ ਵੀ, ਇਹਨਾਂ ਦੋਵਾਂ ਚ ਕੋਈ ਵੀ ਹੋ ਸਕਦਾ, ਇਹਦੇ ਚ ਕਿਹੜੀ ਗੱਲ ਕਿਹੜੀ ਗੱਲ। ਅੱਛਾ ਤੁਸੀਂ ਐਂ ਕਹਿ ਦਿਓ, ਮੇਰੀ ਗੱਲ ਸੁਣੋ, ਤੁਸੀਂ ਇਹ ਇੰਨਾ ਹੀ ਕਹਿ ਦਿਓ ਕਿ ਵੀ ਭਗਵੰਤ ਮਾਨ ਵੀ ਸਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਹੋ ਸਕਦਾ। ਚਲੋ ਮੈਂ ਇੰਨੀ ਗੱਲ ਤੇ ਆ ਜਾਂਦਾ, ਕਿਉਂ ਨੀ ਹੋ ਸਕਦਾ, ਪਰ ਤੁਸੀਂ ਮੈਨੂੰ ਦੱਸੋ ਚੰਨੀ ਹੋਣਾ ਚਾਹੀਦਾ ਜਾਂ ਸਿੱਧੂ ਹੋਣਾ ਚਾਹੀਦਾ, ਜਵਾਬ ਦਿਓ। ਰਮਨ ਜੀ ਥੈਂਕ ਯੂ ਕਰਕੇ ਚਲੇ ਗਏ ਨੇ ਫਿਲਹਾਲ, ਸ਼ੁਕਰੀਆ ਕਰਦੇ ਹਾਂ ਰਮਨ ਜੀ ਦਾ ਗੱਲਬਾਤ ਕਰਨ ਦੇ ਲਈ। ਜੈਕਿਸ਼ਨ ਜੀ ਤੁਹਾਡਾ ਵੀ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਰਮਨ ਜੀ ਕਹਿ ਰਹੇ ਨੇ ਕਿ ਮੈਂ ਆਪਣਾ ਪੁਆਇੰਟ ਆਫ ਵਿਊ ਰੱਖ ਦਿੱਤਾ ਹੈ, ਕਹਿ ਰਹੇ ਨੇ ਕਿ ਭਗਵੰਤ ਮਾਨ ਨੂੰ ਸੀਐਮ ਦਾ ਕੈਂਡੀਡੇਟ ਐਲਾਨ ਦੇਵੇ ਆਮ ਆਦਮੀ ਪਾਰਟੀ, ਫਿਰ ਉਹਨਾਂ ਦੇ ਨਾਲ ਬਹਿਸ ਹੋ ਸਕਦੀ ਹੈ। ਲੇਕਿਨ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਨਾਂ ਤੇ ਵੋਟ ਮੰਗ ਰਹੀ ਹੈ, ਕੇਜਰੀਵਾਲ ਨੂੰ ਇੱਕ ਮੌਕਾ ਦੇਣ ਦੀ ਗੱਲ ਕਰ ਰਹੀ ਹੈ, ਦਿੱਲੀ ਮਾਡਲ ਦੀ ਗੱਲ ਕਰ ਰਹੀ ਹੈ, ਇਸ ਕਰਕੇ ਬਹਿਸ ਅਰਵਿੰਦ ਕੇਜਰੀਵਾਲ ਦੇ ਨਾਲ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿਸੇ ਵੀ ਵਰਕਰ ਦੇ ਨਾਲ, ਸਥਾਨਕ ਵਰਕਰ ਦੇ ਨਾਲ ਵੀ ਬਹਿਸ ਕਰ ਲੈਣ ਨਵਜੋਤ ਸਿੰਘ ਸਿੱਧੂ, ਤਾਂ ਜਵਾਬ ਉਹੀ ਹੋਣਗੇ ਜੋ ਅਰਵਿੰਦ ਕੇਜਰੀਵਾਲ ਦੇਣਗੇ। ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਸੀ ਖੁੱਲੀ ਬਹਿਸ ਦੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨਾਲ ਬਹਿਸ ਕਰ ਲਓ, ਲੇਕਿਨ ਨਵਜੋਤ ਸਿੰਘ ਸਿੱਧੂ ਨੇ ਇਨਕਾਰ ਕੀਤਾ ਕਿ ਅਰਵਿੰਦ ਕੇਜਰੀਵਾਲ ਹੀ ਬਹਿਸ ਕਰਨ। ਭਗਵੰਤ ਮਾਨ ਨੇ ਵੀ ਤੰਜ ਕਸ ਦਿੱਤਾ ਕਿ ਮੇਰੇ ਨਾਲ ਬਹਿਸ ਤੋਂ ਕਿਉਂ ਡਰਦੇ ਹੋ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।